कीर्तन वास्ते जिहड़ा हैगा गंभीरता दे नाल, कीर्तन है ही गंभीरता दा जिहड़ा विशा है ना, सहज रस दा हैगा गंभीरता दा और आत्मक विशा हैगा, उहदे वास्ते जिहड़ा हैगा कीर्तन वास्ते रागां दा जिहड़ा आपां सही ढंग नाल कह लो जां वधिया ढंग नाल कह लईए आपां जिहड़ा बख्यान करन दे विच बहुत वधिया मददगार साबित हुंदे आ। बिल्कुल, ਕਿੰਨੇ ਕੁ ਸਮਾਂ ਪੁਰਾਣਾ ਜੇਕਰ ਆਪਾਂ ਝਾਕ ਮਾਰ ਕੇ ਦੇਖੀਏ ਵੀ ਕਿੰਨੇ ਕੁ ਸੌ ਸਾਲਾਂ ਤੋਂ ਇਹ ਚੱਲਦੇ ਆ ਰਹੇ ਨੇ। ਇਹ ਸਾਜ 6ਵੇਂ ਪਾਤਸ਼ਾਹ ਵੇਲੇ ਤੋਂ ਲੈ ਕੇ ਜਿਹੜੇ ਹੈਗੇ ਨੇ 5ਵੇਂ ਪਾਤਸ਼ਾਹ ਵੇਲੇ ਤੋਂ, ਹੈ ਨਾ, 5ਵੇਂ ਪਾਤਸ਼ਾਹ ਦੀ ਰਬਾਬ ਸਰੰਦੇ ਦੇ ਕੀਰਤਨ ਕਰਦੇ ਰਹੇ 5ਵੇਂ ਪਾਤਸ਼ਾਹ, ਹੈ ਨਾ, ਸਰੰਗੀ ਵੀ ਤਕਰੀਬਨ ਹੈਗੇ ਤਾਂ ਸਾਜ ਉਦੋਂ ਪਹਿਲਾਂ ਦੇ ਨੇ ਜੀ। ਤਾਊਸ ਜਿਹੜਾ ਅਸਲ ਦੇ ਵਿੱਚ ਸ਼ਬਦ ਹੈ, ਤਾਊਸ ਮੋਰ ਨੂੰ ਹੀ ਕਿਹਾ ਜਾਂਦਾ। ਇਰਾਨ ਦੀ ਹੋ ਗਈ, ਅਫਗਾਨਿਸਤਾਨ ਹੋ ਗਿਆ, ਤਜਾਕਿਸਤਾਨ ਹੋ ਗਿਆ, ਇਹਨਾਂ ਦੇ ਵਿੱਚ ਇੱਕ ਭਾਸ਼ਾ ਹੈਗੀ ਜਿਹੜੀ ਬੋਲੀ ਜਾਂਦੀ ਹੈ, ਪਰਸੀਅਨ ਭਾਸ਼ਾ। ਪਰਸੀਅਨ, ਹਾਂਜੀ, ਉਹ ਪਰਸੀਅਨ ਭਾਸ਼ਾ ਦੇ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ, ਜਿਹੜਾ ਮੋਰ ਪੰਛੀ ਹੈ ਉਹਨੂੰ ਤਾਊਸ ਕਿਹਾ ਜਾਂਦਾ। ਉਹ ਜਦੋਂ ਸਾਜ ਉੱਥੋਂ ਆਪਣੇ ਆਇਆ, 5ਵੇਂ ਪਾਤਸ਼ਾਹ ਵੇਲੇ ਆਇਆ ਜਾਂ 6ਵੇਂ ਪਾਤਸ਼ਾਹ ਵੇਲੇ ਜਦੋਂ ਵੀ ਆਇਆ ਉੱਥੋਂ, ਫਿਰ ਉਹ ਜਦੋਂ ਹੁਣ ਉਹਦਾ ਨਾਮ ਵੀ ਨਾਲ ਹੀ ਆ ਗਿਆ ਜੀ, ਉਹੀ ਨਾਂ ਆ ਗਿਆ, ਉੱਦਾਂ ਹੀ ਫਿਰ ਉਹ ਪ੍ਰਚਲਿਤ ਹੈਗਾ, ਮਤਲਬ ਉਹੀ ਚੱਲਦਾ। ਹਾਂਜੀ, ਤੰਤੀ ਸਾਜ ਨੇ ਜਿਹੜੇ ਉਹ ਕਈ ਸਾਲਾਂ ਦੀ ਪ੍ਰੈਕਟਿਸ ਤੋਂ ਬਾਅਦ ਦੇ ਵਿੱਚ ਹੀ ਬੰਦਾ ਜਿਹੜਾ ਹੈਗਾ ਸਟੇਜ ਤੇ ਪਰਫਾਰਮੈਂਸ ਦੇਣ ਜੋਗਾ ਹੁੰਦਾ ਜੀ, ਨਾਲ ਦੀ ਨਾਲ ਨਹੀਂ। ਹਾਰਮੋਨੀਅਮ ਦਾ ਇਹ ਆ ਵੀ ਬੰਦਾ ਥੋੜਾ ਛੇਤੀ ਕਵਰ ਕਰਦਾ। ਬਿਲਕੁਲ, ਇੱਕ ਤਾਂ ਉਹਦੇ ਵਿੱਚ ਦੋ ਗੱਲਾਂ ਹੋ ਗਈਆਂ, ਇੱਕ ਤਾਂ ਗੱਲ ਇਹ ਹੋ ਗਈ ਵੀ ਪ੍ਰਾਪਤਨ ਜਿਹੜੀ ਮਰਿਆਦਾ ਸੀ ਉਹ ਕਾਇਮ ਹੋ ਗਈ, ਦੂਜੀ ਗੱਲ ਇਹ ਹੋ ਗਈ ਵੀ ਜਿਹੜੇ ਸਾਡੇ ਸਾਜ ਸੀਗੇ ਅਲੋਪ ਹੋ ਰਹੇ ਸੀ ਕਿਤੇ ਨਾ ਕਿਤੇ, ਕਿਉਂਕਿ ਹਰ ਇੱਕ ਰਾਗੀ ਜਿਹੜਾ ਅੱਜ ਦੇ ਟਾਈਮ 'ਚ ਤੁਹਾਨੂੰ ਮਿਲੂਗਾ, ਤਕਰੀਬਨ 99% ਜਾਂ 98% ਜਿਹੜੇ ਰਾਗੀ ਸੀਗੇ ਉਹ ਹਾਰਮੋਨੀਅਮ 'ਤੇ ਹੀ ਪ੍ਰੈਕਟਿਸ ਵੀ ਕਰਦੇ ਸੀ ਔਰ ਕੀਰਤਨ ਵੀ ਕਰਦੇ ਸੀ। ਉਹ ਹੁਣ ਜੇ ਅਸੀਂ ਦੇਖਾਂਗੇ ਵੀ ਕਮ ਸੇ ਕਮ ਜੇ ਬਾਹਰ ਨਹੀਂ ਤਾਂ ਤੁਹਾਨੂੰ ਦਰਬਾਰ ਸਾਹਿਬ ਜਾਂ ਹੋਰ ਤਖਤਾਂ 'ਤੇ ਆਪਾਂ ਕਹਿ ਲਈਏ ਨਾ, ਜਿਹੜੇ ਆਪਣੇ 5 ਤਖਤ ਨੇ ਉਹਨਾਂ 'ਤੇ ਕਹਿ ਲਈਏ, ਜਾਂ ਕੋਈ ਮੇਨ ਜਿਹੜੇ ਆਪਣੇ ਸਾਡੇ ਗੁਰੂ ਘਰ ਨੇਗੇ ਵੱਡੇ, ਜਿਹੜੇ ਆਪਾਂ ਕਹਿ ਦਈਏ ਵੀ ਇਤਿਹਾਸਕ ਗੁਰੂ ਘਰ ਨੇ, ਹੈ ਨਾ, ਤਾਂ ਕਮ ਸੇ ਕਮ ਜੇ ਉੱਥੇ ਦੇਖਣ ਨੂੰ ਮਿਲਣਗੇ ਤਾਂ ਉਹਦਾ ਰੁਝਾਨ ਵੀ ਵਧੂਗਾ ਔਰ ਉਹ ਸਾਡੇ 'ਚ ਰਹਿਣਗੇ ਵੀ, ਆਉਣ ਵਾਲੀ ਪੀੜ੍ਹੀ ਨੂੰ ਗਿਆਨ ਵੀ ਮਿਲੂ, ਗਿਆਨ ਵੀ ਮਿਲੂਗਾ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ, ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਗੁਰਬਾਣੀ ਦਾ ਜਦ ਵੀ ਜ਼ਿਕਰ ਆਉਂਦਾ ਹੈ ਤਾਂ ਕਿਹਾ ਜਾਂਦਾ ਕਿ ਜਿਹੜੀ ਗੁਰਬਾਣੀ ਦੀਆਂ ਧੁਨਾਂ ਹੁੰਦੀਆਂ ਨੇਗੀਆਂ ਜਦ ਕੰਨਾਂ ਦੇ ਵਿੱਚ ਪੈਂਦੀਆਂ ਨੇ ਤਾਂ ਰੂਹ ਵੀ ਜਿਹੜੀ ਹੈਗੀ ਹੈ ਪਵਿੱਤਰ ਹੋ ਜਾਂਦੀ ਹੈਗੀ। ਪਰ ਜਿਵੇਂ ਆਪਾਂ ਕੁਝ ਸਮਾਂ ਪਹਿਲਾਂ ਜੇਕਰ ਜ਼ਿਕਰ ਕਰੀਏ, ਤੁਹਾਨੂੰ ਅਸੀਂ ਹਾਰਮੋਨੀਅਮ ਬਾਰੇ ਜਾਣਕਾਰੀ ਦਿੱਤੀ ਸੀਗੀ ਵੀ ਹਾਰਮੋਨੀਅਮ ਕਿਸ ਤਰ੍ਹਾਂ ਤਿਆਰ ਹੁੰਦਾ ਹੈ, ਕਿਸ ਤਰ੍ਹਾਂ ਸੁਰ ਸੈੱਟ ਹੁੰਦੇ ਨੇ ਉਹਦੇ ਬਾਰੇ ਗਿਆਨ ਦਿੱਤਾ ਸੀਗਾ। ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੋਈ ਸੀਗੀ, ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਵੱਲੋਂ ਇੱਕ ਫਰਮਾਨ ਕੱਢਿਆ ਗਿਆ ਸੀਗਾ, ਕਹਿੰਦੇ ਵੀ ਜਿਹੜਾ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਹਾਰਮੋਨੀਅਮ ਦੀ ਵਰਤੋਂ ਹੈਗੀ ਉਹਦੇ 'ਤੇ ਪਾਬੰਦੀ ਲਾ ਦਿੱਤੀ ਗਈ ਸੀਗੀ, ਅਤੇ ਜਿਹੜੇ ਤੰਤੀ ਸਾਜ਼ ਨੇ ਤੰਤੀ ਸਾਜ਼ਾਂ ਨੂੰ ਪਹਿਲ ਦੇਣ ਦੀ ਗੱਲ ਕਰੀ ਗਈ ਸੀਗੀ। ਪਰ ਦਰਸ਼ਕਾਂ ਦੇ ਵਿੱਚ ਕਹਿ ਦਈਏ ਜਾਂ ਫਿਰ ਕਹਿ ਦਈਏ ਲੋਕਾਂ ਦੇ ਵਿੱਚ ਇਹ ਤੰਤੀ ਸਾਜ਼ਾਂ ਨੂੰ ਲੈ ਕੇ ਮਨ ਦੇ ਵਿੱਚ ਕਾਫੀ ਸਵਾਲ ਉੱਠੇ ਸੀ ਕਿ ਜਿਹੜੇ ਤੰਤੀ ਸਾਜ਼ ਨੇ ਕਿਹੜੇ ਕਿਹੜੇ ਸਾਜ਼ ਤੰਤੀ ਸਾਜ਼ਾਂ ਦੇ ਵਿੱਚ ਆਉਂਦੇ ਨੇ ਜਾਂ ਫਿਰ ਜਿਹੜੇ ਤੰਤੀ ਸਾਜ਼ ਹੁੰਦੇ ਨੇ ਕਿੱਦਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈਗੀ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੰਤੀ ਸਾਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਦਿਖਾਵਾਂਗੇ ਵੀ ਜਿਹੜੇ ਤੰਤੀ ਸਾਜ਼ ਹੁੰਦੇ ਨੇ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਜਾਂ ਕਿਸ ਤਰ੍ਹਾਂ ਦੀ ਸ਼ੇਪ ਹੁੰਦੀ ਹੈਗੀ ਉਹਨਾਂ ਦੀ। ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤਾਂ ਦਿਖਾਉਣ ਦੀ ਕੋਸ਼ਿਸ਼ ਕਰਨ, ਮੇਰੇ ਕੋਲ ਇੱਕ ਤੰਤੀ ਸਾਜ਼ ਪਿਆ। ਇਹ ਸਾਜ਼ ਤੁਸੀਂ ਦੇਖੋਗੇ ਤੁਹਾਨੂੰ ਜਿਹੜੀ ਇਹਦੀ ਦਿੱਖ ਹੈ, ਦਿੱਖ ਤੁਹਾਨੂੰ ਲੱਗੂਗੀ ਵੀ ਮੋਰ ਵਰਗੀ ਲੱਗਦੀ ਹੈਗੀ, ਵੀ ਜਿਹੜਾ ਮੋਰ ਹੈਗੀ ਜਿਵੇਂ ਵੀ ਮੋਰ ਦੀ ਅੱਖ ਬਣੀ ਹੋਈ ਹੈਗੀ ਉਵੇਂ ਉਸੇ ਤਰ੍ਹਾਂ ਦੀ ਸਾਰੀ ਸ਼ੇਪ ਬਣੀ ਹੋਈ ਹੈਗੀ, ਪਰ ਇਸ ਨੂੰ ਤਾਊਸ ਕਿਹਾ ਜਾਂਦਾ। ਤਾਊਸ ਇਸ ਤੰਤੀ ਸਾਜ਼ ਨੂੰ ਕਿਹਾ ਜਾਂਦਾ ਹੈ। ਬੜੀ ਮਧੁਰ ਆਵਾਜ਼ ਹੈ, ਆਵਾਜ਼ ਵੀ ਬੜੀ ਬੜੀ ਚੰਗੀ ਹੈਗੀ, ਅਤੇ ਜਿਸ ਜਿਸ ਭਾਈ ਸਾਹਿਬ ਨੇ ਇਹਨੂੰ ਬਣਾਇਆ ਹੈਗਾ, ਬਾਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਤੰਤੀ ਸਾਜ਼ਾਂ ਬਾਰੇ ਕਿੰਨਾ ਕੁ ਗਿਆਨ ਰੱਖਦੇ ਨੇ ਅਤੇ ਉਹਨਾਂ ਬਾਰੇ ਚਾਨਣਾ ਵੀ ਸਾਨੂੰ ਪਾਉਣਗੇ। ਅਤੇ ਇਹ ਜਿਹੜਾ ਤੰਤੀ ਸਾਜ਼ ਤਿਆਰ ਕੀਤਾ ਗਿਆ ਜਾਂ ਫਿਰ ਕਹਿ ਸਕਦੇ ਹਾਂ ਤਾਊਸ ਇਹਨੂੰ ਕਿਹਾ ਜਾਂਦਾ, ਤਾਊਸ ਜੋ ਤਿਆਰ ਕੀਤਾ ਗਿਆ, ਕਿਸ ਤਰ੍ਹਾਂ ਇਹਦੀ ਜਿਹੜੀ ਜਾਣਕਾਰੀ ਮਿਲੀ? ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਪੰਜਾਬ ਨੂੰ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਸਿੱਧਾ ਕੈਮ ਨਹੀਂ ਜੀ? ਪਹਿਲਾਂ ਸਭ ਚੱਲਦੀ, ਸ਼ੁਕਰ ਹੈ ਭਾਅ ਜੀ।
साज पे अपने मूहरे है ना। जे मैं आप की गल करा ना, चलो आप दर्शकों की गलते बाद जावे, जे मैं अपनी गल करा, मैं जिंदगी च यह साज पहली बार देखा गया ना। शायद हो सकता भी ਜਿਵੇਂ ਉਹ ਫਰ ਉਹ ਹਾਰਮੋਨੀਅਮ 'ਤੇ ਰੋਕ ਲੱਗਣ ਤੋਂ ਬਾਅਦ 33 ਸਜ਼ਾ ਦੇ ਜ਼ਿਕਰ ਹੋਇਆ ਤਾਂ ਮੈਨੂੰ ਲੱਗਦਾ ਇਹ ਚੀਜ਼ ਦੇਖਣ ਨੂੰ ਮਿਲੀ, ਅਤੇ ਦਰਸ਼ਕ ਵੀ ਉਤਾਵਲੇ ਹੋ ਰਹੇ ਹੋਣਗੇ 33 ਸਜ਼ਾ ਬਾਰੇ ਜਾਣਨ ਨੂੰ ਜਾਂ ਫਿਰ ਇਸ ਸਾਜ਼ ਬਾਰੇ ਜਾਣਨ ਨੂੰ। ਥੋੜ੍ਹਾ ਜਿਹਾ ਮੈਂ ਚਾਹੂੰਗਾ ਇਸ ਸ਼ੁਰੂਆਤ ਆਪਾਂ ਤਾਂ ਉਸ ਤੋਂ ਕਰਾਂਗੇ, ਇਹਦੇ ਬਾਰੇ ਥੋੜ੍ਹਾ ਸਾਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਦਾ ਸਾਜ਼ ਹੈ ਅਤੇ ਕਿੱਥੇ ਕਿੱਥੇ ਵਰਤੋਂ ਹੁੰਦੀ ਹੈ ਇਹਦੀ। ਹਾਂਜੀ, ਤੰਤੀ ਸਾਜ਼ਾਂ ਦੇ ਵਿੱਚੋਂ ਜਿਹੜਾ ਆਪਾਂ ਕਹਿ ਦਈਏ ਮੋਹਰੀ ਸਾਜ਼ਾਂ ਦੇ ਵਿੱਚੋਂ ਇਹ ਸਾਜ਼ ਹੈ, ਔਰ ਗੁਰਬਾਣੀ ਗੁਰਮਤ ਸੰਗੀਤ ਦਾ ਜਿਹੜਾ ਹੈਗਾ ਸਾਜ਼ ਹੈ ਜੀ, ਜ਼ਿਆਦਾਤਰ ਜਿਹੜਾ ਕੀਰਤਨ ਹੈਗਾ ਮੇਨ ਕੀਰਤਨ ਦਾ ਸਾਜ਼ ਹੈ। ਪਿਛਲੇ ਸਮੇਂ ਦੇ ਵਿੱਚ ਵੀ ਅੱਜ ਦੇ ਟਾਈਮ ਵਿੱਚ ਵੀ ਹੈਗੇ ਬਹੁਤ ਰਾਗੀ ਸਿੰਘ ਨੇ ਸਤਿਕਾਰਯੋਗ ਜਿਹੜੇ ਸਰੰਦਾ ਆਪਣੇ ਤਾਊਸ ਦੇ ਨਾਲ ਜੀ ਕੀਰਤਨ ਕਰਦੇ ਆ। ਦਰਬਾਰ ਸਾਹਿਬ ਵੀ ਹੁਣ ਤੁਹਾਨੂੰ ਦੇਖਣ ਨੂੰ ਮਿਲਣਗੇ, ਕਿਉਂਕਿ ਪਿਛਲੇ ਕੁਛ ਸਮੇਂ ਤੋਂ ਜਿਹੜਾ ਸੀਗਾ ਕੀਰਤਨ ਸੀ ਉਹ ਹਾਰਮੋਨੀਅਮ ਨਾਲ ਹੀ ਹੋ ਰਿਹਾ ਸੀਗਾ। ਬਿਲਕੁਲ, ਫਿਰ ਥੋੜ੍ਹਾ ਟਾਈਮ ਪਹਿਲਾਂ ਹੋ ਗਏ ਮੇਰਾ ਖਿਆਲ ਵੀ, ਜੇ ਮੈਂ ਨਹੀਂ ਗਲਤ ਨਹੀਂ ਹੈ ਤਾਂ ਪਿਛਲੇ 8-10 ਸਾਲਾਂ ਤੋਂ ਜਵੱਦੀ ਟਕਸਾਲ ਵੱਲੋਂ ਜਿਹੜਾ ਮੇਰੇ ਸੁਣਨ ਦੇ ਵਿੱਚ ਆਇਆ ਵੀ ਉੱਥੇ ਜਿਹੜੇ ਸੀਗੇ ਤੰਤੀ ਸਾਜ਼ਾਂ ਵਾਲੇ ਜਿਹੜੇ ਸੀਗੇ ਸਿੱਖਿਆਰਥੀ ਸੀਗੇ ਹੈ ਨਾ, ਮੁੰਡੇ ਸੀਗੇ ਜਿਹੜੇ ਉੱਥੇ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਸੀ, ਅਤੇ ਕਾਫੀ ਮੁੰਡਿਆਂ ਦੀ ਭਰਤੀ ਹੋਈ ਸੀ ਵੀ ਜਿਹੜੇ ਉਹ ਕੀਰਤਨ ਹਾਰਮੋਨੀਅਮ 'ਤੇ ਹੀ ਹੁੰਦਾ ਸੀ, ਪਰ ਨਾਲ ਇੱਕ ਜਿਹੜਾ ਹੁੰਦਾ ਸੀ ਸਾਈਡ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਦਰਬਾਰ ਸਾਹਿਬ ਵੀ ਜਾਂ ਦਿਲ ਰੁਬਾ ਵੱਜਦਾ ਹੁੰਦਾ ਸੀ ਜਾਂ ਆਪਣਾ ਰਬਾਬ ਹੁੰਦਾ ਹੈ ਨਾ। ਪਰ ਹੁਣ ਜਿਹੜਾ ਸੀਗਾ ਪਿਛਲੇ ਮੇਰਾ ਖਿਆਲ ਵੀ 2 ਮਹੀਨੇ ਤੋਂ ਸਿੰਘ ਸਾਹਿਬ ਨੇ 3 ਤੋਂ ਇੱਕ ਬਿਆਨ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੁਰਾਤਨ ਰੀਤੀ ਰਿਵਾਜ਼ਾਂ ਨੂੰ ਮੁੱਖ ਰੱਖਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਤੰਤੀ ਸਾਜ਼ ਜਿਹੜੇ ਸੀਗੇ ਉਹ ਅਲਾਊਡ ਕੀਤੇ ਗਏ ਸੀਗੇ ਕਿ ਹਾਰਮੋਨੀਅਮ ਨਹੀਂ ਵਜਾਇਆ ਜਾਊਗਾ ਔਰ ਤੰਤੀ ਸਾਜ਼ ਵੱਜਣਗੇ। ਬਿਲਕੁਲ, ਉਹਨਾਂ ਦੇ ਵਿੱਚੋਂ ਇੱਕ ਸਾਜ਼ ਇਹ ਤਾਊਸ ਹੈ ਜੀ। ਇਹ ਜੋ ਸਾਜ਼ ਹੈ ਮੈਂ ਜਿਵੇਂ ਪਹਿਲਾਂ ਵੀ ਕਿਹਾ ਚਲ ਦੇਖਿਆ ਤਾਂ ਮੈਂ ਪਹਿਲੀ ਵਾਰੀ ਜ਼ਰੂਰ ਹੈਗਾ, ਪਰ ਇਹਦੀ ਦਿੱਖ ਜਿਹੜੀ ਹੈ ਦਿੱਖ ਜਿਵੇਂ ਮੋਰ 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 ਕਹਿ ਦਈਏ ਨਾ ਆਪਾਂ ਪੰਜਾਬ ਦਾ ਜਿਹੜਾ ਕਹਿ ਸਕਦੇ ਹਾਂ ਕਿ ਮੋਰ ਦੀ ਦਿੱਖ ਲੱਗ ਰਹੀ ਹੈਗੀ ਕਿ ਜਿਹੜੀ ਇਹਦੀ ਆਵਾਜ਼ ਹੈ ਆਵਾਜ਼ ਵੀ ਕਿਤੇ ਨਾ ਕਿਤੇ ਮੇਲ ਖਾਂਦੀ ਹੈ। ਆਵਾਜ਼ ਇਹਦੀ ਭਾਰੀ ਹੁੰਦੀ ਹੈ ਵੀਰ ਜੀ, ਠੋਸ ਆਵਾਜ਼ ਹੁੰਦੀ ਹੈ ਗੰਭੀਰ, ਯਾਨੀ ਕੀਰਤਨ ਵਾਸਤੇ ਜਿਹੜਾ ਹੈਗਾ ਗੰਭੀਰਤਾ ਦੇ ਨਾਲ, ਕੀਰਤਨ ਹੈ ਹੀ ਗੰਭੀਰਤਾ ਦਾ ਜਿਹੜਾ ਵਿਸ਼ਾ ਹੈ ਨਾ, ਸਹਿਜ ਰਸ ਦਾ ਹੈਗਾ ਗੰਭੀਰਤਾ ਦਾ ਔਰ ਆਤਮਿਕ ਵਿਸ਼ਾ ਹੈਗਾ, ਉਹਦੇ ਵਾਸਤੇ ਜਿਹੜਾ ਹੈਗਾ ਕੀਰਤਨ ਵਾਸਤੇ ਰਾਗਾਂ ਦਾ ਜਿਹੜਾ ਆਪਾਂ ਸਹੀ ਢੰਗ ਨਾਲ ਕਹਿ ਲਓ ਜਾਂ ਵਧੀਆ ਢੰਗ ਨਾਲ ਕਹਿ ਲਈਏ ਆਪਾਂ ਜਿਹੜਾ ਵਿਖਿਆਨ ਕਰਨ ਦੇ ਵਿੱਚ ਬਹੁਤ ਵਧੀਆ ਮਦਦਗਾਰ ਸਾਬਤ ਹੁੰਦੇ ਆ। ਬਿਲਕੁਲ, ਇਹ ਭਾਜੀ ਫਿਰ ਕਿੰਨੇ ਕੁ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿਵੇਂ ਕਿ ਜਿਹੜੇ ਪੁਰਾਤਨ ਜਿਹੜੇ ਸੀਗੇ ਆਪਣੇ ਸੀਗੇ ਸਾਜ਼ ਸੀਗੇ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਕਿਤੇ ਨਾ ਕਿਤੇ। ਇਹ ਫਿਰ ਕਿੰਨੇ ਕੁ ਮਤਲਬ ਕਿੰਨੇ ਕੁ ਸਮਾਂ ਪੁਰਾਣਾ, ਜੇਕਰ ਆਪਾਂ ਝਾਕ ਮਾਰ ਕੇ ਦੇਖੀਏ ਵੀ ਕਿੰਨੇ ਕਿੰਨੇ ਕੁ 100 ਸਾਲਾਂ ਤੋਂ ਇਹ ਚੱਲਦੇ ਆ ਰਹੇ ਨੇ। ਸਾਲਾਂ ਦਾ ਤਾਂ ਤੁਸੀਂ ਵੀਰ ਜੀ ਇੱਦਾਂ ਦੇਖ ਲਓ ਵੀ ਇਹ ਸਾਜ਼ 6ਵੇਂ ਪਾਤਸ਼ਾਹ ਵੇਲੇ ਤੋਂ ਲੈ ਕੇ ਜਿਹੜੇ ਹੈਗੇ ਨੇ 5ਵੇਂ ਪਾਤਸ਼ਾਹ ਵੇਲੇ ਤੋਂ ਹੈ ਨਾ, 5ਵੇਂ ਪਾਤਸ਼ਾਹ ਦੀ ਰਬਾਬ ਸਰੰਦੇ ਦੇ ਕੀਰਤਨ ਕਰਦੇ ਰਹੇ 5ਵੇਂ ਪਾਤਸ਼ਾਹ, ਸਰੰਗੀ ਵੀ ਤਕਰੀਬਨ ਹੈਗੇ ਤਾਂ ਸਾਜ਼ ਉਦੋਂ ਪਹਿਲਾਂ ਦੇ ਨੇ ਜੇ ਅਸੀਂ ਕਹੀਏ ਵੀ, ਜਿਹੜਾ ਸਿੱਖ ਧਰਮ ਦੇ ਵਿੱਚ ਔਰ ਗੁਰਮਤ ਸੰਗੀਤ ਦੇ ਵਿੱਚ ਸਾਡੀ ਸਿੱਖ ਧਰਮ ਹੀ ਆਪਾਂ ਕਹਿ ਦਈਏ ਮੇਨ ਤੌਰ 'ਤੇ ਸਿੱਖ ਧਰਮ ਦੇ ਵਿੱਚ ਜਿਹੜੇ ਸਾਜ਼ ਆਏ ਰਬਾਬ ਆਈ ਤਾਂ ਉਹ ਬਾਬੇ ਨਾਨਕ ਗੁਰੂ ਨਾਨਕ ਸਾਹਿਬ ਤੋਂ ਹੈ ਨਾ ਮਰਦਾਨੇ ਤੋਂ ਲੈ ਕੇ ਆਈ ਹੈਗੀ ਤੋਂ ਪਹਿਲਾਂ ਵੀ ਸੀ ਹੈ ਨਾ, ਉਹ ਵੀ ਅਰਬੀ ਜਿਹੜਾ ਹੈਗਾ ਅਫਗਾਨਿਸਤਾਨ ਦਾ ਸਾਜ਼ ਹੈ, ਅਰਬੀ ਦੇਸ਼ਾਂ ਦਾ ਸਾਜ਼ ਹੈ ਹੈ ਨਾ ਜਿਹੜਾ ਰਬਾਬ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ ਆਪਣਾ ਤਾਊਸ ਆ ਗਿਆ, ਇਹ ਵੀ ਹੈਗਾ ਅਰਬੀ ਦੇਸ਼ਾਂ ਦਾ ਹੀ ਸਾਜ਼ ਹੈ। ਤਾਊਸ ਜਿਹੜਾ ਅਸਲ ਦੇ ਵਿੱਚ ਸ਼ਬਦ ਹੈ ਤਾਊਸ ਮੋਰ ਨੂੰ ਹੀ ਕਿਹਾ ਜਾਂਦਾ, ਮੋਰ ਨੂੰ, ਮਤਲਬ ਜੇ ਆਪਾਂ ਅਫਗਾਨਿਸਤਾਨ ਜਾਂ ਇਰਾਨ ਦੀ ਭਾਸ਼ਾ ਦਾ ਜ਼ਿਕਰ ਕਰ ਲਈਏ ਤਾਂ ਤਾਊਸ ਮੋਰ ਨੂੰ ਕਿਹਾ ਜਾਂਦਾ। ਇਰਾਨ ਦੀ ਹੋ ਗਈ, ਅਫਗਾਨਿਸਤਾਨ ਹੋ ਗਿਆ, ਤਜਾਕਿਸਤਾਨ ਹੋ ਗਿਆ, ਇਹਨਾਂ ਦੇ ਵਿੱਚ ਇੱਕ ਭਾਸ਼ਾ ਹੈਗੀ ਜਿਹੜੀ ਬੋਲੀ ਜਾਂਦੀ ਹੈ ਪਰਸ਼ੀਅਨ ਭਾਸ਼ਾ, ਪਰਸ਼ੀਅਨ, ਹਾਂਜੀ, ਉਹ ਪਰਸ਼ੀਅਨ ਭਾਸ਼ਾ ਦੇ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ, ਜਿਹੜਾ ਮੋਰ ਪੰਛੀ ਹੈ ਉਹਨੂੰ ਤਾਊਸ ਕਿਹਾ ਜਾਂਦਾ। ਉਹ ਜਦੋਂ ਸਾਜ਼ ਉੱਥੋਂ ਆਪਣੇ ਆਇਆ 5ਵੇਂ ਪਾਤਸ਼ਾਹ ਵੇਲੇ ਆਇਆ ਜਾਂ 6ਵੇਂ ਪਾਤਸ਼ਾਹ ਵੇਲੇ ਜਦੋਂ ਵੀ ਆਇਆ ਉੱਥੋਂ ਫਿਰ ਉਹ ਜਦੋਂ ਹੁਣ ਉਹਦਾ ਨਾਮ ਵੀ ਨਾਲ ਹੀ ਆ ਗਿਆ ਜੀ, ਉਹੀ ਨਾਂ ਆ ਗਿਆ, ਉੱਦਾਂ ਹੀ ਫਿਰ ਉਹ ਪ੍ਰਚਲਿਤ ਹੈਗਾ, ਮਤਲਬ ਉਹੀ ਚੱਲਦਾ। ਹਾਂਜੀ, ਜੇ ਆਪਾਂ ਆਮ ਸਾਜ਼ਾਂ ਦੀ ਗੱਲ ਕਰੀਏ ਜੋ ਅੱਜ ਦੇ ਸਮੇਂ ਦੀ, ਜੇਕਰ ਆਪਾਂ 20ਵੀਂ ਸਦੀ ਜਾਂ ਫਿਰ 21ਵੀਂ ਸਦੀ ਦੀ ਗੱਲ ਕਰ ਦਿਆਂਗੇ, ਜਿਹੜੇ ਅੱਜ ਦੇ ਸਮੇਂ ਦੇ ਵਿੱਚ ਫਿਰ ਸਾਜ਼ ਚੱਲਦੇ ਨੇ ਉਹਨਾਂ ਦੇ ਅਕੋਰਡਿੰਗ ਇਹ ਮੁਸ਼ਕਿਲ ਤਾਂ ਹੋਊਗਾ ਥੋੜ੍ਹਾ ਵਜਾਉਣਾ ਜਾਂ ਸੇਮ ਹੀ ਹੈ?
नहीं मुश्किल तो देखो साज कोई भी है सारे ही मुश्किल ने जी बिल्कुल वो च कोई शक नहीं है जी पर इदा भी जो कोई बंदा किसी भी काम के पा है ना कोई वो प्रैक्टिस करता तंती साज ने थोड़े टफ होंगे थोड़े औखे होंगे लगातार यानी कि प्रैक्टिस ज्यादा भालते हैं टाइम लगता जिदा हारमोनीयम सीगा हारमोनीयम का यह है भी हारमोनीयम बंदा थोड़े टाइम के कवर कर लेंदा है ना देखो मुकदा तो सारी उम्र ही नहीं जी बिल्कुल म्यूजिक है जिहड़ा संगीत है वो किसी भी लाइन च चले जाओ चाहे गुरमत वाले पासे चले जाओ चाहे सभ्याचार वाले पासे चले जाओ किते भी चले जाओ संगीत है जो समुद्र मुक्कण वाला तो है नहीं जी असीं कहीए भी मैं कहां भी मैं तो जी सीख गया नहीं बिल्कुल कोई बंदा भी जिहड़ा बंदा कहिंदा भी मैं सीख गया जां मैं जी पूरा कर लिया वो समझ लो भी अधूरा ही है बिल्कुल ये मुक्कण वाला तो है नहीं गा बिल्कुल तो पर यानी कि गल ये है कि भी वो टाइम टाइम के नाल चली जाता ना जिनी क प्रैक्टिस किसी की हैगी है हाँ यानी तंती साज ने जोड़े वह कई साल की प्रैक्टिस तो बाद बंदा जो है स्टेज पर परफॉर्मेंस देन जोगा होंगे जी नाल दी नाल नहीं हारमोनीयम दा या भी बंदा थोड़ा छेती कवर कर बिल्कुल ए पाजे जिवें तंती साजां दा जिक्र कर रहे हैं ताउस जरूर देख रहे हैं दर्शकों ने ताउस ध्यान च आ गया भी तंती साजां दे विच इक साज है ताउस तंती साज जिहनूं कह सकदे हां कि होर किहड़े किहड़े साज ने जिहड़े तंती साजां दे विच आउंदे ने तंती साजां दे विच जे आपां गुरमत संगीत की गल कर लईए तां आपणा दिलरुबा हो गया जी दिलरुबा दा भी तकरीबन सेम ही कम हुंदा पर उहदा भांडा थोड़ा छोटा हुंदा ਉਹ ਮੋਰ ਟਾਈਪ ਨਹੀਂ ਹੁੰਦਾ ਉਹਦਾ ਭਾਂਡਾ ਇੱਥੋਂ ਥੱਲੋਂ ਹੋਰ ਹੁੰਦਾ ਜੀ ਸਿੱਧਾ ਹੁੰਦਾ ਇਹਦਾ ਯਾਨੀ ਕਿ ਪ੍ਰੋਪਰਲੀ ਮੋਰ ਦੀ ਸ਼ਕਲ ਉਹ ਜਿਹੜਾ ਉੱਪਰੋਂ ਕੰਮ ਹੈ ਉਹਦਾ ਵਜਾਉਣ ਦਾ ਤਰੀਕਾ ਕਹਿ ਲਈਏ ਆਪਾਂ ਉਹ ਸੇਮ ਹੁੰਦਾ ਉਹਦੀਆਂ ਤਰਬਾਂ ਨੇ ਥੋੜ੍ਹੀਆਂ ਵੱਧ ਹੁੰਦੀਆਂ ਜੁਆਰੀ ਹੁੰਦੀ ਹੈ ਉਹ 'ਚ ਉਹਦੀ ਟੋਨ ਕੁਆਲਿਟੀ ਦਾ ਫਰਕ ਹੁੰਦਾ ਉਹਦਾ ਆਵਾਜ਼ ਤਿੱਖੀ ਹੁੰਦੀ ਹੈ ਇਹਦੀ ਜਿਹੜੀ ਆਵਾਜ਼ ਉਹ ਭਾਰੀ ਹੁੰਦੀ ਹੈ ਠੋਸ ਹੁੰਦੀ ਹੈ ਆਵਾਜ਼ ਬਿਲਕੁਲ ਭਾਜੀ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੀ ਨੀਚੇ ਆਪਾਂ ਸਪੇਸ ਛੱਡੀ ਹੋਈ ਹੈਗੀ ਇਹਦੇ ਵਿੱਚ ਇੱਥੇ ਖੰਭ ਵੀ ਲੱਗ ਜਾਂਦੇ ਹੈਗੇ ਹਾਂਜੀ ਹਾਂਜੀ ਖੰਭ ਲੱਗਦੇ ਆ ਫਿਲਹਾਲ ਨਹੀਂ ਹੈਗੇ ਸੀਗੇ ਅਵੇਲੇਬਲ ਨਹੀਂ ਲੱਗੇ ਪਰ ਇਹਦੇ ਵਿੱਚ ਖੰਭ ਹੁੰਦੇ ਹੈਗੇ ਕਿਉਂਕਿ ਫਿਰ ਪ੍ਰੋਪਰਲੀ ਮੋਰ ਦੇ ਹਾਂ ਉਹ ਬਣਾਏ ਪ੍ਰੋਪਰ ਮੋਰ ਦੀ ਸ਼ੇਪ ਬਣਾਈ ਜਾਂਦੀ ਹੈ ਇਹਦੇ ਖੰਭ ਹੁੰਦੇ ਨੇਗੇ ਪਾ ਕੇ ਜੀ ਇਹ ਫਿਰ ਜੇਕਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਗੱਲ ਕਰ ਲਈਏ ਤੁਹਾਨੂੰ ਲੱਗਦਾ ਵੀ ਉਤਸ਼ਾਹ ਆ ਰਿਹਾ ਹੈਗਾ ਵੀ ਯਾਰ ਵੀ ਬਾਕੀ ਸਾਜਾਂ ਥੋੜ੍ਹਾ ਜਿਹਾ ਹਟ ਕੇ ਵੀ ਤੰਤੀ ਸਜ਼ਾ ਵੱਲ ਵੀ ਸਿੱਖਣ ਦੇ ਲਈ ਨੌਜਵਾਨ ਜਾਂ ਫਿਰ ਕੋਈ ਹੋਰ ਸਾਜੀ ਨੇ ਜਿਹੜੇ ਹਾਂਡੇ ਲੱਗੇ ਨੇ ਸਿੱਖਣ ਲਈ ਕੋਸ਼ਿਸ਼ ਕਰ ਰਹੇ ਨੇ ਦੇਖੋ ਹੁਣ ਜਦੋਂ ਸਿੰਘ ਸਾਹਿਬ ਨੇ ਕੀਤਾ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਹਾਰਮੋਨੀਅਮ ਵੀ ਮਾੜਾ ਨਹੀਂ ਹੈਗਾ ਬਿਲਕੁਲ ਹਾਰਮੋਨੀਅਮ ਵੀ ਬਹੁਤ ਵਧੀਆ ਸਿੱਖਣ ਵਾਸਤੇ ਸਟਾਰਟਿੰਗ ਵਾਸਤੇ ਬਹੁਤ ਵਧੀਆ ਹੈ ਪਰ ਉਹਨਾਂ ਨੇ ਜਿਹੜਾ ਹੈਗਾ ਵੀ ਪ੍ਰਾਤਨ ਜਿਹੜਾ ਸੀਗਾ ਦਰਬਾਰ ਸਾਹਿਬ ਦੀ ਮਰਯਾਦਾ ਜਿੱਦਾਂ ਉੱਥੇ ਹੁੰਦਾ ਸੀ ਹੈ ਨਾ ਇੱਕ ਤਾਂ ਉਹਦੇ ਵਿੱਚ ਦੋ ਗੱਲਾਂ ਹੋ ਗਈਆਂ ਇੱਕ ਤਾਂ ਗੱਲ ਇਹ ਹੋ ਗਈ ਵੀ ਪ੍ਰਾਤਨ ਜਿਹੜੀ ਮਰਯਾਦਾ ਸੀ ਉਹ ਕਾਇਮ ਹੋ ਗਈ ਦੂਜੀ ਗੱਲ ਇਹ ਹੋ ਗਈ ਵੀ ਜਿਹੜੇ ਸਾਡੇ ਸਾਜ ਸੀਗੇ ਅਲੋਪ ਹੋ ਰਹੇ ਸੀ ਕਿਤੇ ਨਾ ਕਿਤੇ ਕਿਉਂਕਿ ਹਰ ਇੱਕ ਰਾਗੀ ਜਿਹੜਾ ਅੱਜ ਦੇ ਟਾਈਮ 'ਚ ਤੁਹਾਨੂੰ ਮਿਲੂਗਾ ਤਕਰੀਬਨ 99% ਜਿਹੜੇ ਰਾਗੀ ਸੀਗੇ ਉਹ ਹਾਰਮੋਨੀਅਮ 'ਤੇ ਹੀ ਪ੍ਰੈਕਟਿਸ ਵੀ ਕਰਦੇ ਸੀ ਔਰ ਕੀਰਤਨ ਵੀ ਕਰਦੇ ਸੀ ਹੁਣ ਜੇ ਅਸੀਂ ਦੇਖਾਂਗੇ ਵੀ ਕਮ ਸੇ ਕਮ ਜੇ ਬਾਹਰ ਨਹੀਂ ਤਾਂ ਤੁਹਾਨੂੰ ਦਰਬਾਰ ਸਾਹਿਬ ਜਾਂ ਹੋਰ ਤਖਤਾਂ 'ਤੇ ਆਪਾਂ ਕਹਿ ਲਈਏ ਨਾ ਜਿਹੜੇ ਆਪਣੇ 5 ਤਖਤ ਨੇ ਉਹਨਾਂ 'ਤੇ ਕਹਿ ਲਈਏ ਜਾਂ ਕੋਈ ਮੇਨ ਜਿਹੜੇ ਆਪਣੇ ਸਾਡੇ ਗੁਰੂ ਘਰ ਨੇ ਗੇ ਵੱਡੇ ਜਿਹੜੇ ਆਪਾਂ ਕਹਿ ਦਈਏ ਵੀ ਇਤਿਹਾਸਕ ਗੁਰੂ ਘਰ ਨੇ ਹੈ ਨਾ ਤਾਂ ਕਮ ਸੇ ਕਮ ਜੇ ਉੱਥੇ ਦੇਖਣ ਨੂੰ ਮਿਲਣਗੇ ਤਾਂ ਉਹਦਾ ਰੁਝਾਨ ਵੀ ਵਧੂਗਾ ਔਰ ਉਹ ਸਾਡੇ 'ਚ ਰਹਿਣਗੇ ਵੀ ਉਹਨਾਂ ਦੇ ਬੜੀਆਂ ਨੂੰ ਗਿਆਨ ਵੀ ਮਿਲੂਗਾ ਕਿਉਂਕਿ ਪਤਾ ਹੀ ਨਹੀਂ ਸੀ ਬਹੁਤ ਬੰਦਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਤਾਊਸ ਹੁੰਦਾ ਕੀ ਹੈ ਕਿੱਦਾਂ ਦਾ ਹੁੰਦਾ ਮੈਨੂੰ ਖੁਦ ਭਾਜੀ ਅੱਜ ਪਹਿਲੀ ਵਾਰੀ ਮੈਂ ਦੇਖਣ ਨੂੰ ਮਿਲ ਰਿਹਾ ਉਹ ਹੈਗਾ ਜੀ ਤੇ ਦਰਸ਼ਕ ਜੁੜਨਾ ਚਾਹੁੰਦੇ ਹੋਣਗੇ ਭਾਜੀ ਤੁਹਾਡੇ ਨਾਲ ਫੋਨ ਨੰਬਰ ਮੈਂ ਚਾਹੁੰਗਾ ਆਪਣਾ ਜ਼ਰੂਰ ਦੱਸੋ ਤਾਂ ਕਿ ਇਸ ਤਰ੍ਹਾਂ ਦੇ ਸਾਜ਼ਾਂ ਦੇ ਪ੍ਰਤੀ ਕੋਈ ਵੀ ਗਿਆਨ ਲੈਣਾ ਹੋਵੇ ਜਾਂ ਕੋਈ ਤਿਆਰ ਕਰਾਉਣਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂਜੀ ਮੇਰਾ ਜਿਹੜਾ ਹੈਗਾ ਮੋਬਾਈਲ ਨੰਬਰ ਹੈਗਾ 98899 04 49 ਔਰ ਦੂਸਰਾ ਨੰਬਰ ਹੈਗਾ 94564832 32 ਛਾਪਾ ਪਿੰਡ ਹੈ ਮੇਰਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਜੀ ਕੋਈ ਗੱਲ ਨਹੀਂ ਮੋਸਟ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਾਜੀ ਗੁਰਪ੍ਰੀਤ ਵੀਰੇ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਸੋ ਦੋਸਤੋ ਅੱਜ ਗੁਰਪ੍ਰੀਤ ਵੀਰ ਨਾਲ ਮੁਲਾਕਾਤ ਕੀਤੀ ਅਤੇ ਇੱਕ ਗਿਆਨ ਦੇਣ ਵਾਲੀ ਵੀਡੀਓ ਲੈ ਕੇ ਤੁਹਾਡੇ ਸਨਮੁੱਖ ਹੋਇਆਂਗੇ ਜਿਵੇਂ ਕਿ ਕਾਫੀ ਸਵਾਲ ਵੀ ਉੱਠ ਰਹੇ ਸੀ ਉਸ ਬਿਆਨ ਦੇ ਉੱਤੇ ਕਿ ਹਾਰਮੋਨੀਅਮ ਦੇ ਉੱਤੇ ਪਾਬੰਦੀ ਕਿਉਂ ਲਾਈ ਗਈ ਜਾਂ ਫਿਰ ਕਾਫੀ ਸਵਾਲ ਵੀ ਉੱਠੇ ਮੈਨੂੰ ਲੱਗਦਾ ਸਾਡੇ ਇੰਟਰਵਿਊ ਤੋਂ ਬਾਅਦ ਉਹ ਸਵਾਲਾਂ ਦੇ ਜਿਹੜੇ ਕੁਝ ਕੁ ਮਨ ਦੇ ਵੀ ਤੁਹਾਡੇ ਸਵਾਲ ਚੱਲ ਰਹੇ ਹੋਣਗੇ ਉਹ ਕਲੀਅਰ ਹੋਏ ਹੋਣਗੇ ਅਤੇ ਤੁਹਾਨੂੰ ਗਿਆਨ ਵੀ ਮਿਲਿਆ ਹੋਊਗਾ ਕਿ ਜਿਹੜੇ ਤੰਤੀ ਸਾਜ਼ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿਹੜੇ ਕਿਹੜੇ ਸਾਜ਼ ਨੇ ਜਿਹੜੇ ਤੰਤੀ ਸਾਜ਼ਾਂ ਦੇ ਵਿੱਚ ਆਉਂਦੇ ਨੇ ਅਤੇ ਅਸੀਂ ਉਹਦੇ ਵਿੱਚ ਅਸੀਂ ਇੱਕ ਸਾਜ਼ ਤਾਊਸ ਨੂੰ ਤੁਹਾਡੇ ਸਨਮੁੱਖ ਵੀ ਕੀਤਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਉਮੀਦ ਇਹੀ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਜੋ ਅੱਜ ਦਾ ਯੂਥ ਹੈ ਉਸ ਨੂੰ ਵੀ ਗੁਰਸਿੱਖੀ ਬਾਰੇ ਜਾਂ ਫਿਰ ਕਹਿ ਸਕਦੇ ਤੰਤੀ ਸਾਜ਼ਾਂ ਬਾਰੇ ਗਿਆਨ ਸਾਂਝਾ ਹੋ ਸਕੇ ਸੋ ਉਹ ਤੱਕ ਵੀ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਦੀ ਇਜਾਜ਼ਤ ਧੰਨਵਾਦ